ਪਰਦੇ ਨਾਲ ਕਰਕੇ ਹੀ ਉੱਠਦੇ ਨਾ ਰਾਮ ਜੀ ਉਸ ਪੁਲ ਤੇ ਪਹੁੰਚ ਗਏ ਨੀਲ ਔਰ ਨਾਲ ਪੁਲ ਰਾਮ ਦੇ ਨਾਲ ਹੀ ਪੁਲ ਪਰ ਪਹੁੰਚ ਗਏ ਹਨੂਮਾਨ ਜੀ ਪਹੁੰਚ ਗਏ ਪੱਥਰ ਜਦੋਂ ਚੜ੍ਹਦੇ ਰਾਮ ਅਵਤਾਰ ਪੱਥਰ ਡੁੱਬ ਜਾਂਦਾ ਜਦੋਂ ਪੱਥਰ ਚੜ੍ਹਦੇ ਰਾਮ ਅਵਤਾਰ ਪੱਥਰ ਡੁੱਬ ਜਾਂਦਾ ਪਰੇਸ਼ਾਨ ਹੋ ਗਏ ਰਾਮ ਅਵਤਾਰ ਪਰੇਸ਼ਾਨ ਹੋ ਗਿਆ ਕਿ ਮੇਰੇ ਭਗਤ ਮੇਰੇ ਮੰਨਣ ਵਾਲੇ ਸੇਵਕ ਹੋ ਗਏ ਜਿਹੜਾ ਪੱਥਰ ਛੱਡਦੇ ਹਨ ਮੇਰਾ ਨਾਮ ਰੱਖ ਕੇ ਉਹ ਪੱਥਰ ਤੈਰ ਰਹੇ ਹਨ ਮੈਂ ਖੁਦ ਰਾਮ ਅਵਤਾਰ ਹੋ ਗਏ ਜਿਹੜਾ ਪੱਥਰ ਛੱਡਦਾ ਡੁੱਬ ਡੁੱਬ ਜਾਂਦਾ ਪਾਣੀ ਹਨੂੰਮਾਨ ਜੀ ਸਾਹਮਣੇ ਹੋ ਕਹਿੰਦੇ ਪ੍ਰਭੂ ਇੰਨੇ ਹੈਰਾਨ ਕਹੋ ਕਹਿੰਦਾ ਯਾਰ ਬੜੇ ਅਫਸੋਸ ਦੀ ਗੱਲ ਹੈ ਮੇਰੇ ਸੇਵਾਦਾਰ ਮੇਰਾ ਨਾਮ ਲਿਖ ਕੇ ਪੱਥਰ ਛੱਡ ਕੇ ਉਹ ਪੱਥਰ ਪਾਣੀ ਦੇ ਤੈਰ ਰਹੇ ਹਨ ਪਰ ਮੈਂ ਖੁਦ ਆਪਣੇ ਹੱਥਾਂ ਨਾਲ ਜਿਸ ਪੱਥਰ ਨੂੰ ਰੱਖਦਾ ਹਾਂ ਪਾਣੀ ਤੇ ਉਹ ਪੱਥਰ ਡੁੱਬ ਜਾਂਦਾ ਪਿਆਰੋ ਅਸੀਂ ਉਹ ਪੱਥਰ ਆ ਜਿਹਨਾਂ ਨੂੰ ਰਾਮ ਚੰਦਰ ਨੇ ਪਤਾਲ ਵਿੱਚ ਸੱਟ ਦਿੱਤਾ ਸੀਗਾ ਅਸੀਂ ਕਰ ਨਹੀਂ ਸਕੇ ਮੇਰੇ ਖਿਆਲ ਦਾ ਸਤਿਗੁਰ ਅਰਦਾਸ ਮਹਾਰਾਜ ਨੇ ਕਿਰਪਾ ਸਾਨੂੰ ਮੁੜ ਕੇ ਤਾਰ ਦਿੱਤੇ ਪੱਥਰਾਂ ਤੇ ਇਹ ਇਨਸਾਨ ਇਹਨਾਂ ਨੂੰ ਅਸ਼ਮਿਤ ਕਿਹਾ ਜਾਂਦਾ ਰਵਦਾਸ ਇਹ ਕਿਹਾ ਜਾਂਦਾ ਸਤਿਗੁਰ ਦੁਆਪਰ ਤ੍ਰੇਤਾ ਤਿੰਨ ਲੋਕ ਨਹੀਂ ਧਰ ਸਕੇ ਸਤਿ ਸ਼੍ਰੀ ਅਕਾਲ।